ਖੰਨਾ ਦੇ ਨੈਸ਼ਨਲ ਹਾਈਵੇ ਦੇ ਉੱਪਰ ਨਜ਼ਦੀਕ ਪੈਂਦੇ ਪ੍ਰਿਸਟਨ ਮਾਲ ਪਿੰਡ ਅਲੌਰ ਦੇ ਨਜ਼ਦੀਕ ਸੰਘਣੀ ਧੁੰਦ ਦੇ ਕਾਰਨ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਦਰਜਨਾਂ ਵਾਹਨ ਆਪਸ ਦੇ ਵਿੱਚ ਟਕਰਾ ਗਏ ਜਿਸ ਦੇ ਨਾਲ ਹਾਦਸੇ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਖੰਨਾ ਦੇ IVY ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿਸ ਤਰ੍ਹਾਂ ਹੋਇਆ ਸੀ? ਕਿਦੋਂ ਆਇਆ? ਧੁੰਦ ਪੈ ਰਹੀ ਬਹੁਤ ਜ਼ਿਆਦਾ। ਅੱਛਾ। ਟਰੱਕ ਮੋਹਰੇ ਖੜਾ ਦਿਖਿਆ ਨਹੀਂ, ਇੱਕਦਮ ਵਿੱਚ ਲੱਗੇ, ਪਿੱਛੋਂ ਗੱਡੀ ਨਾਲ ਹੀ ਆ ਕੇ। ਅੱਛਾ। ਬ੍ਰੇਕ ਲੱਗ ਗਏ, ਸੇਫ ਜਾ ਗਈ, ਮੈਂ ਵਧੀਆ ਬੰਦੇ ਵਧੀਆ ਨਾਲ ਅੰਕਲ ਸੇ ਮੇਰੇ। ਅੱਛਾ। ਵਿਆਹ ਦੇ ਕਾਰਡ ਨੇ ਜਾ ਰਹੀ ਸੀ ਚੰਡੀਗੜ੍ਹ। ਕਿੱਧਰੋਂ ਆ ਰਹੇ ਸੀ ਤੁਸੀਂ? ਬ੍ਰੇਕ ਕੋਲ ਲੈ ਤੁਸੀਂ। ਬ੍ਰੇਕ ਕੋਲ ਜਾ ਰਹੇ ਸੀ। ਕਿੰਨੇ ਜਣੇ ਸੀ ਗੱਡੀ ਦੇ ਵਿੱਚ? ਤਿੰਨ ਜਣੇ ਸੀ, ਇੱਕ ਬਰਾਦਰ ਸੀ, ਇੱਕ ਅੰਕਲ ਸਾਹਿਬ ਸੀ। ਬਾਕੀ ਬਚਾਅ ਹੋ ਗਿਆ? ਹਾਂ, ਬਚਾਅ ਹੋ ਗਿਆ, ਸਭ ਠੀਕ ਹੈ, ਜਾਨਵਾਂ ਬਚ ਗਏ ਬਸ। ਟਰੱਕ ਵਾਲਾ ਬਚ ਗਿਆ, ਨਹੀਂ ਪਤਾ ਲੱਗਿਆ ਧੁੰਦ ਪੈਂਦੀ ਸੀ, ਇੱਕਦਮ ਤਾਂ ਬੰਦ ਲਈ ਸੀ ਦੋਨੋਂ ਜਣੇ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਆਇਆ ਤੇ? ਕੋਈ ਆਇਆ ਸੀ, ਹਾਂ ਜੀ, ਟੋਲ ਰੋਡ ਵਾਲੇ ਹਾਈਵੇ ਵਾਲਾ ਹੈ, ਉਹਨਾਂ ਨੇ ਗੱਡੀ ਗੁੱਡੀ ਸਾਈਡ ਤੇ ਪਾਈ ਸਾਡੀ, ਫੋਨ ਵਗੈਰਾ ਲਾਇਆ। ਮੇਰਾ ਨਾਮ ਹੈਗਾ ਜੀ ਰੂਟ ਪੈਟਰੋਲ ਅਫਸਰ ਸੁੱਖਾ ਸਿੰਘ। ਸਰ, ਜਿਹੜੇ ਅੱਜ ਐਕਸੀਡੈਂਟ ਹੋਇਆ, ਇਹ ਕਿੰਨੇ ਪੈਦਾ ਵਾਕਿਆ ਸਰ? ਹਾਂਜੀ, ਇਹਦੇ ਵਿੱਚ ਗੱਡੀਆਂ ਵੱਜੀਆਂ ਜੀ, ਇਹਦੇ ਵਿੱਚ 6-7 ਗੱਡੀਆਂ ਇੱਥੇ ਇੱਥੇ ਵੱਜ ਗਈਆਂ ਅਤੇ 3 ਗੱਡੀਆਂ ਪਿੱਛੇ ਵੱਜੀਆਂ ਹੋਈਆਂ ਜੀ। ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ? ਕਿਸ ਤਰ੍ਹਾਂ? ਇਹ ਧੁੰਦ ਕਾਰਨ ਵਿੱਚ ਵਾਪਰਿਆ ਜੀ। ਆਪਣੀਆਂ ਜੋ ਕਾਰਾਂ ਸਪੀਡ ਲਿਮਿਟ ਜ਼ਿਆਦਾ ਆ ਉਹਦੇ ਕਾਰਨ ਜੀ ਹਾਦਸਾ ਵਾਪਰਦਾ। ਜੇ ਆਪਾਂ ਸਪੀਡ ਲਿਮਿਟ 'ਚ ਰੱਖ ਕੇ ਚੱਲੀਏ ਤਾਂ ਹਾਦਸਾ ਨਹੀਂ ਹੋਊਗਾ ਜੀ। ਇਹਦੇ ਵਿੱਚ ਕੋਈ ਬਚਾਅ ਬਚੂ ਕਿਸੇ ਹੋਰ ਇੰਜਨ ਹੋਇਆ? ਇਹਦੇ ਵਿੱਚ ਸਰ ਜੋ ਪਿੱਛੇ ਹੈ ਨਾ, ਇੱਕ ਐਕਸੀਡੈਂਟ ਹੋਇਆ ਆ 3 ਗੱਡੀਆਂ ਦਾ, ਵਿੱਚ 2 ਮੇਜਰ ਇੰਜਰੀ ਆ, ਤਾਂ ਬਾਕੀ ਤਾਂ ਨੋਰਮਲ ਹੀ ਆ, ਕੋਈ ਇੰਜਰੀ ਨਹੀਂ ਹੈ ਜੀ। ਉਹ 'ਚ ਕੌਣ ਕੌਣ ਸਰ? ਉਹਦੇ ਵਿੱਚ ਇੱਕ ਲੇਡੀਜ਼ ਇੱਕ ਜੈਂਟਸ ਆ, ਲੇਡੀਜ਼ ਜ਼ਿਆਦਾ ਸੀਰੀਅਸ ਹੈ ਜੀ। ਪਤਾ ਲੱਗਿਆ ਕਿੱਥੋਂ ਹੋਏ ਉਹ? ਨਹੀਂ, ਉਹਦੇ ਬਾਰੇ ਪਤਾ ਨਹੀਂ ਲੱਗਾ ਹੈਗਾ, ਬਾਕੀ ਆਪਣੇ ਸਦਰ ਥਾਣੇ ਤੋਂ SK ਏਸ ਸਾਹਿਬ, ਉਹਨਾਂ ਨੇ ਦੱਸਿਆ ਵੀ ਉਹ ਲੈ ਗਿਆ ਸਿਵਲ ਹੋਸਪਿਟਲ ਖੰਨਾ, ਐਂਬੂਲੈਂਸ 108। ਅੱਜ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਹਾਦਸਾ ਹੋਇਆ, ਫੈਸ਼ਨ ਮਾਲ ਦੇ ਕੋਲ ਹੋਇਆ ਇਹ ਹਾਦਸਾ, ਜਿਸ ਵਿੱਚ ਜਾਨ ਮਾਲ ਦਾ ਨੁਕਸਾਨ ਹਜੇ ਤੱਕ ਪਤਾ ਨਹੀਂ ਲੱਗ ਚੁੱਕਿਆ, ਪਰ ਗੱਡੀਆਂ 3-4 ਤੋਂ ਜ਼ਿਆਦਾ ਉਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ, ਜੋ ਕਿ ਆ ਹੋਸਪਿਟਲ ਵਿੱਚ ਭਰਤੀ ਕਰਵਾ ਦਾਖਲ ਕਰਵਾ ਦਿੱਤੇ ਗਏ ਨੇ। ਇਹ ਹਾਦਸਾ ਸੜਕੀ ਹਾਦਸਾ ਜੋ ਹੋਇਆ ਹੈ, ਧੁੰਦ ਦੇ ਕਾਰਨ ਹੋਇਆ ਹੈ। ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਵੀ ਬਲਿੰਕਰ ਲਾਈਟਾਂ ਅਤੇ ਰਿਫਲੈਕਟਰ ਜ਼ਿਆਦਾ ਤੋਂ ਜ਼ਿਆਦਾ ਡਿਸਟੈਂਸ ਬਣਾ ਕੇ ਰੱਖਣ, ਹੌਲੀ ਰਫਤਾਰ ਰੱਖਣ, ਜਿਹੜੀ ਸੈਂਟਰ ਲਾਈਨ ਆ ਉਸਦੇ ਵਿੱਚ ਚੱਲਣ, ਤਾਂ ਜੋ ਅੱਗੇ ਤੋਂ ਕੋਈ ਸੜਕੀ ਹਾਦਸਾ ਨਾ ਹੋ ਸਕੇ। ਸਰ, ਇੱਕ ਪਿੱਛੇ ਉੱਪਰ ਡਿਵਾਈਡਰ ਦੇ ਉੱਤੇ ਗੱਡੀ ਟਰੱਕ ਉੱਪਰ ਚੜ੍ਹੀ ਹੋਈ ਆ, ਉਹਦੇ ਵਿੱਚ 2 ਪਤਾ ਲੱਗਿਆ ਗਿਆ ਇੰਜਰੀਆਂ ਹੋਈਆਂ, ਉਸ ਬਾਰੇ ਕੋਈ ਜਾਣਕਾਰੀ ਹੈ? ਸਰ, ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ, ਦਾਖਲ ਕਰਵਾ ਦਿੱਤਾ ਗਿਆ ਹੈ, ਅਤੇ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ, ਜੋ ਅੱਗੇ ਕਾਰਵਾਈ ਹੋਊਗੀ ਉਹ ਪਤਾ ਅਮਲ ਵਿੱਚ ਲੈਂਦੀ ਜਾਊਗੀ। ਮਤਲਬ ਜਿਹੜਾ ਇਹ ਹਾਦਸਾ ਹੋਇਆ ਸਾਰਾ ਧੁੰਦ ਕਾਰਨ ਹੀ ਹੋਇਆ? ਜੀ ਜੀ, ਇਹ ਸੜਕੀ ਹਾਦਸਾ ਹੋਇਆ ਜੀ, ਜੋ ਅੱਗੇ ਵੀ ਕਾਰਵਾਈ ਹੋਊਗੀ ਉਹ ਪਤਾ ਅਮਲ ਵਿੱਚ ਲੈਂਦੀ ਜਾਊਗੀ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ।